लाइव। अज बिना दसे लाइव हो वेखते हैं फिर किन्ने गलबात करते हैं बंदे, क्या बात है। ਸਿਮਰਨਦੀਪ ਹੈਲੋ ਹਾਂਜੀ, ਕਿੱਦਾਂ ਕੀ ਹਾਲ ਚਾਲ ਸਾਰਿਆਂ ਦੇ, ਪਿਆਰ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵਿਸ਼ਾਲ ਕਿਆ ਹਾਲ ਹੈ ਵੀਰੇ, ਗੁੱਡ ਬਰੋ ਗੁੱਡ, ਤੁਸੀਂ ਦੱਸੋ ਕਿੱਦਾਂ ਸਾਰੇ ਕਾਇਮ ਹੋ। ਨੰਬਰਦਾਰ ਕਿਵੇਂ ਹੋ ਭਾਜੀ, ਗੁੱਡ ਬਰੋ। ਦੀਪਕ ਨੈਕਸਟ ਐਲਬਮ ਕਰੋ, ਹਾਂਜੀ ਹਾਂਜੀ ਵੀਰੇ, ਅੱਜ ਗਾਣਾ ਰਿਲੀਜ਼ ਹੋਣਾ ਜੀ, ਐਲਬਮ ਵੀ ਕਰਾਂਗੇ, ਬਸ ਤਿਆਰੀਆਂ ਨੇ, ਚੱਚ ਰੱਖਿਆ ਕੰਮ, ਟੈਨਸ਼ਨ ਨਾ ਲਓ। ਸੁਸ਼ਾਂਤ ਸਿੰਘ ਰਾਜਪੂਤ, ਹਾਂਜੀ ਹਾਂਜੀ, ਸਾਡੀ ਉਹ ਪਿਛਲੇ ਦਿਨ ਜਿਹੜੀ ਬੜੀ ਮੰਦਭਾਗੀ ਘਟਨਾ ਵਾਪਰੀ, ਉਹ ਬਹੁਤ ਮਾੜਾ ਹੋਇਆ, ਪਤਾ ਨਹੀਂ ਕਿਹਦੀਆਂ ਕਿਹਦੀਆਂ ਕੀ ਮਜਬੂਰੀਆਂ ਨੇ, ਦੁਨੀਆਦਾਰੀ ਹੈ ਭਰਾਵਾ, ਇਹ ਤਾਂ ਜ਼ਿਆਦਾ ਜਿਹਦੇ ਨਾਲ ਬੀਤਦੀ ਉਹ ਜਾਣਦਾ ਅਤੇ ਜਾਂ ਫਿਰ ਰੱਬ ਜਾਣਦਾ। ਮੈਂ ਹੁਣੇ ਇੱਕ ਸ਼ੇਅਰ ਪਾਇਆ ਸੀ, ਕਹਿੰਦਾ ਮਤ ਖੇਲੋ ਮੇਰੇ ਜਜ਼ਬਾਤੋਂ ਸੇ, ਮੇਰੇ ਘਰ ਕੇ ਕਮਜ਼ੋਰ ਹਾਲਾਤੋਂ ਸੇ, ਕੁਛ ਦਾਰੂ ਪੀ ਕਰ ਕੁਛ ਨੀਂਦ ਕੀ ਗੋਲੀ ਲੈ ਕਰ ਸੋਤੇ ਹੋਗੇ, ਇਹ ਤੋ ਖੁਦਾ ਜਾਣਦਾ ਇਸ ਦੁਨੀਆ ਮੇਂ ਕਿਤਨੇ ਸੁਸ਼ਾਂਤ ਸਿੰਘ ਰਾਜਪੂਤ ਔਰ ਰੋਤੇ ਹੋਗੇ। ਇਹ ਤਾਂ ਜਿਹਨਾਂ ਨਾਲ ਬੀਤਦੀਆਂ ਨੇ ਉਹੀ ਜਾਣਦੇ ਆ, ਅਤੇ ਜਾਂ ਰੱਬ ਜਾਣਦਾ। ਅਤੇ ਸੋ ਅਪਡੇਟ ਦੇਣੀ ਸੀ ਤੁਹਾਨੂੰ, ਅੱਜ ਸ਼ਾਮ ਨੂੰ 4 ਵਜੇ ਗਾਣਾ ਜੀ ਰਿਲੀਜ਼ ਹੋ ਜਾਣਾ ਕਿਲੋਮੀਟਰ। ਸੋ ਸਾਡੀ ਸਾਰੀ ਟੀਮ ਦਾ ਬਹੁਤ ਜ਼ਿਆਦਾ ਜ਼ੋਰ ਲੱਗਾ ਹੋਇਆ ਗਾਣੇ 'ਤੇ, ਅਤੇ ਗਾਣਾ ਮੇਰਾ ਪਰਸਨਲੀ ਫੇਵਰੇਟ ਸੌਂਗ ਆ ਉਹ, ਉੱਦਾਂ ਤਾਂ ਸਾਰੇ ਹੀ ਕਹਿੰਦੇ ਹੁੰਦੇ ਵੀ ਮੇਰਾ ਆਪਣਾ ਪਸੰਦ ਹੈ, ਕਿਉਂਕਿ ਇੱਦਾਂ ਹੁੰਦਾ ਵੀ ਗਾਣੇ ਫਿਰ ਸੁਣਨਗੇ ਤੁਸੀਂ, ਫਿਰ ਸੁਣੋਗੇ ਨਾ ਜੇ ਮੈਂ ਕਹੂੰ, ਪਰ ਉਹ ਤੁਸੀਂ ਸੱਚ ਕਰਕੇ ਜਾਣਿਓ ਮੇਰੇ, ਜਿੱਦਾਂ ਮੇਰੇ ਦਿਲ ਦੇ ਨੇੜੇ ਖੁਦ ਆਪਣਾ ਗਾਣਾ ਜਿਹੜਾ ਸਟਰਗਲਰ ਸੀਗਾ ਉਹ ਮੇਰੇ ਦਿਲ ਦੇ ਨੇੜੇ ਸੀਗਾ, ਇੱਦਾਂ ਹੀ ਕਿਲੋਮੀਟਰ ਮੇਰੇ ਦਿਲ ਦੇ ਨੇੜੇ ਆ। ਅਤੇ ਤੁਹਾਨੂੰ ਸਾਰਿਆਂ ਨੂੰ ਗਾਣਾ ਸੁਣ ਕੇ ਸਵਾਦ ਆਊਗਾ, ਕੰਪੋਜੀਸ਼ਨ ਵਾਈਜ਼ ਅਤੇ ਲਿਰਿਕਸ ਵਾਈਜ਼ ਤੁਹਾਨੂੰ ਨਜ਼ਾਰਾ ਆਊ ਗਾਣਾ ਸੁਣੋਗੇ ਜਦੋਂ। ਅਤੇ ਵੀਡੀਓ ਵਾਲੇ ਚੱਬ ਕੱਢੇ ਹੋਏ ਟਰੂ ਮੇਕਰ ਨੇ, ਅਤੇ ਟਰੂ ਮੇਕਰ ਅਤੇ ਸੱਚਾ ਸੱਚਾ ਕੰਮ ਉਹਨਾਂ ਦਾ, ਇੱਦਾਂ ਦੇ ਸੱਚੇ ਸੱਚੇ ਉਹ ਬੰਦੇ ਆ, ਜੈਨੂਅਨ ਬੰਦੇ ਆ, ਰੀਅਲ ਇਨਸਾਨ ਆ। ਸੋ ਬਹੁਤ ਘੈਂਟ ਕੰਮ ਕੀਤਾ ਦਿਲਸ਼ੇਰ ਬਾਈ ਹੋਰ ਦਾ, ਖੁਸ਼ਪਾਲ ਵੀਰ ਦਾ, ਤਹਿ ਦਿਲੋਂ ਧੰਨਵਾਦ। ਅਤੇ ਦਾ ਕਿਡ, ਕਿਡ ਨੂੰ ਅੱਜ ਕੱਲ੍ਹ ਕੌਣ ਨਹੀਂ ਜਾਣਦਾ, ਕਿਡ ਨੇ ਬਾਈ ਨੇ ਮਿਊਜ਼ਿਕ ਕੀਤਾ। ਸੋ ਕਿਡ ਤੁਹਾਨੂੰ ਪਤਾ ਛੋਟੀ ਉਮਰ ਦੇ ਵਿੱਚੋਂ ਜਿਹੜੇ ਵੱਡੇ ਰਿਜ਼ਲਟ ਦੇ ਰਿਹਾ ਅੱਜ ਕੱਲ੍ਹ ਮੁੰਡਾ। ਸੋ ਬਹੁਤ ਘੈਂਟ ਕੰਮ ਕੀਤਾ ਮੇਰਾ, ਪਿੱਛੇ ਲੋਕਡਾਊਨ ਵਾਲੇ ਦਿਨਾਂ 'ਚ ਮੈਂ ਵਰਕਆਊਟ ਕਾਫੀ ਕਰ ਲਿਆ ਸੀ, ਵੇਟ ਘਟਾ ਲਿਆ ਸੀਗਾ, 10-11 ਕਿਲੋ ਵੇਟ ਘੱਟ ਗਿਆ ਸੀਗਾ, ਹੁਣ ਥੋੜ੍ਹਾ ਜਿਹਾ ਫਿਰ ਗੇਨ ਕਰਨ ਲੱਗੇ ਹੋਏ ਹਾਂ, ਮੂੰਹ ਵਾਲਾ ਪਤਲਾ ਹੋ ਗਿਆ ਸੀਗਾ। ਸੁੱਖਾ ਸਰਪੰਚ ਕਹਿੰਦਾ ਬਾਈ ਸਿੱਧੂ ਮੂਸੇਵਾਲੇ ਨਾਲ ਗਾਣਾ ਕਦੋਂ ਆਉਣਾ, ਬਸ ਬਾਈ ਜਲਦੀ ਆ ਜਾਣਾ, ਪਹਿਲਾਂ ਬੰਬੀਹਾ ਬੋਲੇ ਤੁਸੀਂ ਉਹਦਾ ਸਵਾਦ ਲਓ। ਠਾ ਗੀਤਾਂ ਵਾਲੀ ਗੱਲ, ਥੈਂਕ ਯੂ ਬਰੋ, ਥੈਂਕ ਯੂ। ਹਰਮਨ ਸਿੰਘ ਅਰਨੇਤ ਬਾਈ ਮੇਰਾ ਨਾਮ ਲੈ ਲਓ, ਹਾਂਜੀ ਹਾਂਜੀ ਵੀਰੇ ਲੈ ਲਿਆ ਜੀ ਨਾਮ ਤੁਹਾਡਾ। ਕਮੈਂਟ ਅੱਗੇ ਨਹੀਂ ਤੁਰ ਰਹੇ, ਮੈਨੂੰ ਹੱਥ ਨਾਲ ਹੀ ਉੱਤੇ ਥੱਲੇ ਕਰਨੇ ਪੈ ਰਹੇ ਆ। ਲਵ ਯੂ ਫਰੋਮ ਪਾਕਿਸਤਾਨ, ਥੈਂਕ ਯੂ ਬਰੋ, ਥੈਂਕ ਯੂ, ਲਵ ਯੂ ਟੂ ਬਰੋ। ਆਕਾਸ਼ ਮਾਤ ਕਹਿੰਦਾ ਬਾਈ ਮੈਂ ਤੁਹਾਡੇ ਨਾਲ ਗਾਣਾ ਕਰਨਾ, ਵੀਰੇ ਕੋਈ ਚੱਕਰੀ ਨਹੀਂ ਜੀ, ਲੱਗੇ ਰਹੋ ਬਸ, ਮਿਹਨਤਾਂ ਕਰੋ ਬ੍ਰਦਰ, ਦਿੱਲੀ ਬੜੀ ਦੂਰ ਨਹੀਂ ਹੁੰਦੀ ਜਦੋਂ ਬੰਦਾ ਲੱਗਿਆ ਰਹੇ। ਲਓ ਕਮੈਂਟ ਵੀ ਆਉਣ ਲੱਗ ਗਏ, ਸ਼ਾਇਦ ਗਾਣਾ ਜਿਹੜਾ ਆਡੀਓ ਰਿਲੀਜ਼ ਹੋ ਚੁੱਕਿਆ ਤੁਸੀਂ ਸੁਣ ਲਿਆ। ਰਿਊਡੀ ਬਾਈ ਥੈਂਕ ਯੂ ਬ੍ਰਦਰ, ਥੈਂਕ ਯੂ। ਅੱਜ ਵੀਰੇ ਇੱਕ ਮੇਨ ਮਕਸਦ ਸੀਗਾ ਵੀਰੇ ਮੇਰਾ ਲਾਈਵ ਹੋਣ ਦਾ, ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀਰੇ ਕੱਲ੍ਹ ਪਰਸੋਂ ਦੀ, ਸ਼ਾਇਦ ਕੱਲ੍ਹ ਦੀ ਪਰਸੋਂ ਦੀ ਖਬਰ ਆ, ਅਤੇ ਸਾਡੇ ਏਰੀਏ 'ਚੋਂ ਇੱਕ ਫੌਜੀ ਨੌਜਵਾਨ ਵੀਰ ਸ਼ਹੀਦ ਹੋਇਆ ਪਿੰਡ ਵੀਰੇ ਵਾਲੇ ਪਿੰਡ ਤੋਂ, ਹੈ ਨਾ, ਅਤੇ ਠੀਕ ਹੈ ਨਾ ਜੀ, 15 ਸ਼ਹੀਦ ਹੋਏ ਨੇ ਦੇਸ਼ ਦੇ, ਹੈ ਨਾ, ਬਹੁਤ ਬੁਰਾ ਹੋਇਆ ਡਾਰਲਿੰਗ। ਅਤੇ ਸਭ ਤੋਂ ਜ਼ਿਆਦਾ ਸਾਡਾ ਸਿਰ ਝੁਕਦਾ ਸਾਡੇ ਆਪਣੇ ਮਾਨਸਾ ਏਰੀਆ ਦਾ ਨੌਜਵਾਨ ਸੀਗਾ ਇੱਕ ਮੇਰਾ ਵੀਰ, ਆ ਵੀਰੇ ਵਾਲਾ ਪਿੰਡ ਤੋਂ, ਅਤੇ ਖਾਸ ਮਕਸਦ ਇਹ ਸੀ ਜਾਂ ਵੀ ਚਲੋ
कुछ ना कुछ टाइम कढ़ के है ना भी आप सारा रोले रप्पे तुरे फिर रहे हैं, पर आप उन्होंने बंदे नू याद करिए जड़े जिन्होंने कुरबानी की यार, तो हैट्स ऑफ उन्होंने भरावान मेरे वीरियां नू। तो मैं कहना भी साडा भी सिर झुक देना अगे जिहड़े बंदे ने अपनी जान ते खेड़ के है ना साडी रखिया करदे ने, ते खास करके अपने वीर वाले पिंड तो मेरा वीर है जिहड़ा शहीद होया कल, ते आपां सारे दुआ करिए मेरे परिवारों की सेहत जाबे लई हौसले दे लई, ते परमात्मा करे उन्हां दा हौसला बनिया रहे। एड्डी वड्डी यानी कि एक तरह का सदमा हुंदा डार्लिंग सारा नूं है ना, किस दा जदों घरों पुत टुटदा बहुत वड्डी गल हो जांदी है। ते परमात्मा अगे दुआ करिए सारे रल मिल के जिन्ने मेरे वीर भरा ने जिन्ने मैनूं प्यार करदे ने, आपां वाहिगुरू अगे दुआ करिए अरदास करिए भी आ सिस्टम सारा भी ये नहीं होना चाहिए, तो थोड़ा हौसला अफजाई करिए उन्होंने टब्बर की ता जो इस घाटा पूरा तो नहीं कर सकते पर बहुत वड्डी गल है। तो आप वाहिगुरू अगर दुआ करिए कि वह परिवार ने हौसला दे परिवार को, तो वीर की आत्मा में शांति दे, तो साडा प्राउड के भी सिर झुकदा उन्हें अगे मेरे वीर ने जी अपने सारे खतर जान दी है बॉर्डर से है ना। मैं थोनों भी दुआ थोनू सारा रिक्वेस्ट करता भी सारे परिवार वो तो वो उन्होंने सहायता करो उन्होंने परिवारों की ठीक है ना, तो उन्होंने हौसला दो मेरा भीर ता जो सारा कुछ सैट रहे। तो मैं एक बार फिर सारे वाहेगुरू अगे अरदास करता भी परमात्मा उन्होंने वीर की आत्मा को शांति दे, परिवारों को हौसला दे इस घाटे को झलन का, तो साडा सारयां दा मेरा इनकलूडिंग सिर झुकदा इन्होंने वीर अगे। तो शुक्रिया भाई जी, बहुत बहुत शुक्रिया। तो आप सारे आप अपने झमेलों चो करके भी उन्होंने दुआ करिए मेरे वीरों परिवार के लिए जिन्होंने अड़े अड़े घाटे खोए ने जिन्होंने अपने नौजवान पुत बॉर्डर से खोए ने, तो बाकी सारे गाने गुने रौला रप्पा यहाँ चलते ही रहता है ना जी। उन्होंने वाहेगुरू अगर अरदास करिए भी सारा कुछ उन्होंने ठीक हो भाई, उन्होंने वाहेगुरू हौसला दे असल सारा कुछ सिस्टम सैट रहे। हैलो 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 मोनिका सोया सुखी है तो हाँ जी और बेटे ठीक ठाक हो सारे जी। बाकी भाई अपना सारे ध्यान रखियो, इन्नी को बेनती करना है सी।